1 ਜੁਲਾਈ ਨੂੰ ਕੈਨੇਡਾ ਲਈ ਇੱਕ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਪੰਜਾਬੀਆਂ ਲਈ, ਸਪੈਸ਼ਲ ਉਹਨਾਂ ਲੋਕਾਂ ਲਈ ਜੋ ਉੱਧਰ ਰਹਿੰਦੇ ਹਨ ਅਤੇ ਇੱਧਰ ਆਪਣੇ ਕਿਸੇ ਦੋਸਤ, ਰਿਸ਼ਤੇਦਾਰ, ਭੈਣ ਭਾਈ ਨੂੰ ਬੁਲਾਉਣਾ ਚਾਹੁੰਦੇ ਆ। ਉਹਨਾਂ ਨਾਲ ਕੋਈ ਬਲੱਡ ਰਿਲੇਸ਼ਨ ਨਹੀਂ, ਜਸਟ ਉਹ ਇੱਕ ਵੀਜ਼ੇ ਉੱਤੇ ਉੱਥੇ ਜਾ ਸਕਦੇ ਆ। ਕੱਲ੍ਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਇਹ ਤੁਹਾਡਾ ਟੂਰਿਸਟ ਵੀਜ਼ਾ ਲੱਗ ਜਾਂਦਾ ਹੈ, ਤੁਸੀਂ ਵਰਕ ਪਰਮਿਟ ਲੈਣਾ ਚਾਹੀਦਾ ਜਾਂ ਫਿਰ ਤੁਹਾਨੂੰ ਸਟੱਡੀ ਵੀਜ਼ਾ ਲੈਣਾ ਚਾਹੀਦਾ, ਇਹ ਕੱਲ੍ਹ ਨੂੰ ਡਿਸਕਸ ਕਰਾਂਗੇ ਆਪਾਂ ਕੱਲ੍ਹ ਦੀ ਵੀਡੀਓ ਦੇ ਵਿੱਚ। ਉਸ ਵੀਡੀਓ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਕਿਉਂਕਿ ਅਸੀਂ ਤੁਹਾਡੇ ਨਾਲ ਟੂਰਨਾਮੈਂਟ ਵੀਜ਼ਾ ਸ਼ੇਅਰ ਕਰਨ ਜਾ ਰਹੇ ਹਾਂ। ਬਹੁਤ ਸਾਰੇ 1 ਜੁਲਾਈ ਨੂੰ ਉੱਧਰਲੇ ਪਾਸੇ ਇੱਕ ਬਹੁਤ ਵੱਡਾ ਫੈਸਟੀਵਲ ਹੋਣ ਜਾ ਰਿਹਾ ਜੀ ਕੈਨੇਡਾ ਦੇ ਵਿੱਚ, ਜਿਸ ਦੇ ਵਿੱਚ ਟੂਰਨਾਮੈਂਟ ਕਰਵਾਏ ਜਾਣਗੇ ਵੱਖਰੇ ਵੱਖਰੇ, ਜਿਵੇਂ ਕਿ ਆਪਾਂ ਕਹਿ ਸਕਦੇ ਕਬੱਡੀ ਦੇ, ਕ੍ਰਿਕਟ ਦੇ, ਜਾਂ ਫਿਰ ਸਿੰਗਰ ਦੇ, ਜਾਂ ਫਿਰ ਉੱਥੇ ਲੋਕ ਤੱਥ ਵਗੈਰਾ, ਬਹੁਤ ਸਾਰੇ ਹੋਰ ਪ੍ਰੋਗਰਾਮ ਵੀ ਆਪਾਂ ਕਹਿ ਸਕਦੇ ਹਾਂ। ਉਹਦੇ ਲਈ ਕੀ ਹੁੰਦਾ ਕਿ ਆਪਾਂ ਨੂੰ ਸਪੋਂਸਰ ਚਾਹੀਦੇ ਹੁੰਦੇ ਆ, ਮਤਲਬ ਕਿ ਜੋ ਉੱਧਰ ਉਸ ਹੋਸਟ ਨੂੰ ਕਰਵਾ ਰਿਹਾ ਕੈਨੇਡਾ ਦੇ ਵਿੱਚ, ਜਿਵੇਂ ਆਪਾਂ ਕਹਿ ਸਕਦੇ ਹਾਂ ਪੰਜਾਬੀ ਭਾਸ਼ਾ ਦੇ ਵਿੱਚ, ਜਿਹੜੇ ਉੱਧਰ ਟੂਰਨਾਮੈਂਟ ਕਰਵਾ ਰਹੇ ਆ ਦੋਸਤ ਮਿੱਤਰ ਭੈਣ ਭਾਈ ਰਲ ਕੇ ਵੱਡੇ ਟੂਰਨਾਮੈਂਟ ਕਰਵਾਉਂਦੇ ਆ ਕਬੱਡੀ ਦੇ, ਕ੍ਰਿਕਟ ਦੇ, ਉਹ ਤੁਹਾਨੂੰ ਸਪੋਂਸਰ ਭੇਜ ਸਕਦੇ ਆ ਅਤੇ 100% ਇਹਦੇ ਵਿੱਚ ਵੀਜ਼ਾ ਮਿਲਣ ਦੇ ਚਾਂਸ ਹੁੰਦੇ ਆ। 100% ਆਪਾਂ ਨੂੰ ਵੀਜ਼ਾ ਮਿਲਦਾ ਹੀ ਮਿਲਦਾ ਹੈ, ਤੁਸੀਂ ਕੁਛ ਨਹੀਂ ਕਰਨਾ। ਉੱਧਰ ਜੋ ਟੂਰਨਾਮੈਂਟ ਕਰਵਾ ਰਹੇ ਆ, ਜੋ ਹੋਸਟ ਟੂਰਨਾਮੈਂਟ ਨੂੰ ਕਰ ਰਿਹਾ, ਚਾਹੇ ਉਹ ਕੋਈ ਵੀ ਟੂਰਨਾਮੈਂਟ ਆ, ਤੁਸੀਂ ਉਹਨਾਂ ਤੋਂ ਇੱਕ ਇਨਵੀਟੇਸ਼ਨ ਲੈਟਰ ਮੰਗਾਉਣਾ। ਜੇਕਰ ਉਹ ਤੁਹਾਨੂੰ ਇਨਵੀਟੇਸ਼ਨ ਲੈਟਰ ਦੇ ਦਿੰਦੇ ਆ, ਕੁਝ ਕੁ ਪੈਸੇ ਲੈ ਕੇ ਉਹ ਆਪਾਂ ਨੂੰ ਇਨਵੀਟੇਸ਼ਨ ਲੈਟਰ ਦੇ ਦਿੰਦੇ ਹੁੰਦੇ ਆ, ਥੋੜ੍ਹੇ ਬਹੁਤੇ, ਜ਼ਿਆਦਾ ਪੈਸੇ ਨਹੀਂ ਕਹਿ ਸਕਦੇ ਆਪਾਂ, ਜ਼ਿਆਦਾ ਵੱਡੀ ਅਮਾਊਂਟ ਨਹੀਂ ਹੁੰਦੀ, ਇੱਕ ਛੋਟੀ ਜਿਹੀ ਅਮਾਊਂਟ ਹੁੰਦੀ ਹੈ, ਉਹ ਤੁਹਾਨੂੰ ਇਨਵੀਟੇਸ਼ਨ ਲੈਟਰ ਦੇ ਦਿੰਦੇ ਆ, ਅਤੇ ਉਹ ਇਨਵੀਟੇਸ਼ਨ ਲੈ ਕੇ ਤੁਸੀਂ ਆਪਣਾ 1 ਜੁਲਾਈ ਨੂੰ ਟੂਰਨਾਮੈਂਟ ਦੇ ਵਿੱਚ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਅਤੇ ਉਸ ਵੀਜ਼ੇ ਦੇ ਇੱਕ 100% ਚਾਂਸ ਹੁੰਦੇ ਆ ਆਪਣੇ ਆਉਣ ਦੇ, ਨਾ ਕਿ ਆਪਣਾ ਰਿਜੈਕਟ ਹੋਣ ਦੇ, ਕਿਉਂਕਿ ਆਪਾਂ ਨੂੰ ਇੱਕ ਵੱਡੇ ਸਾਰੇ ਟੂਰਨਾਮੈਂਟ ਦੇ ਵਿੱਚ ਹੋਸਟ ਕੀਤਾ ਜਾਂਦਾ ਹੈ, ਆਪਾਂ ਨੂੰ ਇਨਵੀਟੇਸ਼ਨ ਭੇਜਿਆ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਆਪਣਾ ਪੱਕਾ ਵੀਜ਼ਾ ਲੱਗਦਾ ਹੈ। ਵੀਡੀਓ ਚੰਗੀ ਲੱਗੇ ਸਬਸਕ੍ਰਾਈਬ ਅਤੇ ਅਗੇਨ ਕਹਿ ਰਿਹਾ ਜੀ ਲਾਈਕ ਜ਼ਰੂਰ ਕਰਿਓ, ਕਿਉਂਕਿ ਅਸੀਂ ਤੁਹਾਡੇ ਲਈ ਹੋਰ ਵੀ ਬਹੁਤ ਜ਼ਿਆਦਾ ਯੂਜ਼ਫੁੱਲ ਵੀਡੀਓ ਲੈ ਕੇ ਆਉਂਦੇ ਰਹਾਂਗੇ।